ਮਾਲਵਾ ਬੈਟ ਲੈ ਦੇਖ ਰਹੇ ਸਾਰੇ ਹੀ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਜ ਦਾ ਕੋਟ ਏ ਹੈ ਜੀ ਜੋ ਚੀਜ਼ ਆਪਕੋ ਚੈਲੰਜ ਕਰਦੀ ਹੈ وہی ਆਪਕੋ ਚੇਂਜ ਕਰਦੀ ਹੈ ਗੱਲ ਇਹ ਹੈ ਮੇਰੇ ਵੀਰੋ ਜਿਵੇਂ ਕਿ ਤੁਸੀਂ ਸਰਕਾਰੀ ਜੋਬਸ ਦੀ ਤਿਆਰੀ ਕਰ ਰਹੇ ਹੋ ਹਣਾ ਤੇ ਉਸ ਨੂੰ ਤੁਸੀਂ ਅਚੀਵ ਕਰਨ ਲਈ ਡੇਲੀ ਦਿਨ ਰਾਤ ਪੜ੍ਹਦੇ ਹੂੰ ਪਰਮਾਤਮਾ ਦਾ ਨਾਮ ਲੈਨੇ ਹੋ ਜਿਸ ਕਰਕੇ ਤੁਹਾਡਾ ਜਿਹੜਾ ਮਾਈਂਡ ਸੈਟਅਪ ਚੇਂਜ ਹੋ ਜਾਂਦਾ ਹੈ ਤੇ ਤੁਸੀਂ ਉਹ ਅਚੀਵ ਜ਼ਰੂਰ ਕਰਦੇ ਹੋ ਗੋਲ ਨੂੰ ਕਿਉਂਕਿ ਉਸ ਨਾਲ ਤੁਸੀਂ ਰੱਚ ਵਿੱਚ ਜਾਣਿਓ ਹਾਲਾਂਕਿ ਤੁਸੀਂ ਕੱਲਾ ਗੋਲ ਨੂੰ ਅਚੀਵ ਨਹੀਂ ਕਰਦੇ ਤੁਸੀਂ ਜ਼ਿੰਦਗੀ ਦੇ ਹਰ ਮੋੜ ਤੇ ਮਤਲਬ ਤਰੱਕੀ ਪਾਣੀਓ ਕਿਉਂਕਿ ਤੁਸੀਂ ਜਿਹੜੀ ਚੀਜ਼ ਸਿੱਖ ਕੇ ਆਏ ਹੋ ਨੇਓ ਉਹ ਚੈਲੰਜ ਦੇ ਵਿੱਚ ਤੁਸੀਂ ਉਹ ਜ਼ਿੰਦਗੀ ਦੇ ਵਿੱਚ ਯੂਜ਼ ਵੀ ਕਰਦੇ ਹੋ ਸੋ ਜੇ ਤੁਹਾਨੂੰ ਇਹ ਕੋਟ ਅੱਜ ਦਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਪੇਜ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਕਿ ਮੈਨੂੰ ਵੀ ਪਤਾ ਲੱਗੇ ਮੇਰੇ ਵੀਰ ਮੈਨੂੰ ਪਿਆਰ ਕਰਦੇ ਨੇ ਤੇ ਕੋਟ ਨੂੰ ਵੀ ਉਹਨਾਂ ਨੂੰ ਪਸੰਦ ਆਇਆ ਸੋ ਪਹਿਲਾਂ ਆਪਾਂ ਹੁਣ ਗੱਲ ਕਰਨ ਜਾ ਰਹੇ ਵੀਡੀਓ ਦੇ ਵਿੱਚ ਜਿਹੜੀ ਮੈਂ ਮੇਨ ਗੱਲ ਤੁਹਾਨੂੰ ਦੱਸਣੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਜਿਵੇਂ 650 ਭਰਤੀਆਂ ਭਰੀਆਂ ਮਤਲਬ ਦਿੱਤੀਆਂ ਐ ਮਲਵਾਪਾ ਨੂੰ ਪੇਪਰ ਦੇ ਵਿੱਚ ਇੱਕ ਖਬਰ ਆਈ ਸੀ ਤੁਸੀਂ ਵੀ ਪੜ੍ਹੀ ਹੋਣੀ ਹੈ ਤੇ ਮੈਂ ਵੀ ਪੜ੍ਹੀ ਸੀ ਤੇ ਉਸ ਦਾ ਮਤਲਬ ਇਹ ਸੀ ਮੇਰੇ ਵੀਰੋ ਕਿ ਜਿਹੜੇ ਮੇਰੇ ਵੀਰਾਂ ਦੀਆਂ ਮਤਲਬ ਕਿ ਭੈਣਾਂ ਨੇ ਉਹ ਵੀ ਮਤਲਬ ਕਿ ਤਿਆਰੀ ਕਰ ਰਹੀਆਂ ਨੇ ਭਰਤੀ ਨੂੰ ਤੇ ਉਹਨਾਂ ਨੂੰ 33% ਜਿਹੜਾ ਹੈਗਾ ਹਿੱਸਾ ਦਿੱਤਾ ਜਾਵੇਗਾ ਇਸ ਭਰਤੀ ਵਿੱਚੋਂ ਸੋ ਉਹ ਭਰਤੀ ਦੇ ਮਤਲਬ ਕਿ ਆਉਣ ਦੇ ਚਾਂਸਸ ਕਿੱਦਾਂ ਨੇ ਇਹ ਤੁਹਾਨੂੰ ਮੈਂ ਸਾਰੀ ਵੀਡੀਓ 'ਚ ਦੱਸਦਾ ਜਿਵੇਂ ਕਿ 6200 ਭਰਤੀ ਹੈ ਉਸ ਨੂੰ ਡਿਵਾਈਡ ਕਰ ਦਿੱਤਾ ਜਾਵੇਗਾ ਤੇ ਹਰ ਸਾਲ ਮਤਲਬ ਕਿ 14 ਜਾਂ 1500 ਦੇ ਕਰੀਬ ਵੈਕੈਂਸੀਸ ਕੱਢੀਆਂ ਜਾਣਗੀਆਂ ਤੇ 14 ਜਾਂ 1500 ਵੈਕੈਂਸੀਸ ਜਿਹੜੀਆਂ ਹੁੰਦੀਆਂ ਉਸ ਦੇ ਵਿੱਚ ਮਹਿਲਾ ਨੂੰ ਵੀ ਅਲੱਗ ਮਤਲਬ ਕੀ ਪੋਸਟਾਂ ਦਿੱਤੀਆਂ ਜਾਣਗੀਆਂ ਜਿਸ ਦੇ ਵਿੱਚ 1200 ਵੈਕੈਂਸੀਆਂ ਜਿਹੜੀਆਂ ਹੈਗੀਆਂ ਉਹ ਸਿਰਫ ਹੋਣ ਗਿਆ 1200 ਜਾਂ 1100 ਵੈਕੈਂਸੀਆਂ ਲਗਭਗ ਲਾ ਲੋ ਬੰਦਿਆ ਲਈ ਠੀਕ ਹੈ ਜੀ ਮਤਲਬ ਕੀ ਮੈਨਸਲੀ ਤੇ ਊਮਨਸ ਲਈ ਜਿਹੜੀਆਂ ਹੋਣਗੀਆਂ 300 ਜਾਂ 350 ਦੇ ਕਰੀਬ ਠੀਕ ਹੈ ਜੀ ਲਗਭਗ ਇਹਨਾਂ ਨੂੰ ਡਿਵਾਈਡ ਕਰ ਲਓ ਤੁਸੀਂ ਤੇ ਉਸ ਤੋਂ ਬਾਅਦ ਕੀ ਹੈ ਮੇਰੇ ਵੀਰੋ ਵੀ ਜਿਹੜੀ ਇਹ ਹਰੇਕ ਰੈਂਕਸ ਦੀ ਪਰਤੀ ਨਿਕਲੂਗੀ ਕਨਸਟੇਬਲ ਹੈਡ ਕਨਸਟੇਬਲ ਸਬ ਇਨਸਪੈਕਟਰ ਤੇ ਇਨਸਪੈਕਟਰ ਦੀ ਤਾਂ ਨਿਕਲਦੀ ਨਹੀਂ ਠੀਕ ਹੈ ਜੀ ਤੇ ਬਾਕੀ ਇਹ ਸਾਰੀਆਂ ਜਿਹੜੀਆਂ ਰੈਂਕਸ ਭਰਤੀਆਂ ਹੋਣਗੀਆਂ ਇਸ ਦੇ ਨਾਲ ਨਾਲ ਤੁਹਾਨੂੰ ਮਤਲਬ ਕਿ ਹਰ ਸਾਲ ਇੱਕ ਇਗਜ਼ਾਮ ਦੇਖਣ ਨੂੰ ਮਿਲੇਗਾ ਜੋ ਕਿ ਟਫ ਹੁੰਦਾ ਜਾਏਗਾ ਹਰ ਸਾਲ ਬਿਕੋਜ਼ ਕੰਪੀਟੀਸ਼ਨ ਲੈਵਲ ਵੱਧ ਜਾਣਾ ਹੈ ਤੇ ਏਜ ਫੈਕਟਰ ਵੀ ਤੁਹਾਨੂੰ ਪਤਾ ਹੈ ਅੱਜ ਕੱਲ ਬਹੁਤ ਘਟ ਰਿਹਾ ਹੈ ਕੰਮ ਤੇ ਏਜ ਵਾਲੇ ਜਿਹੜੇ ਮੇਰੇ ਵੀਰ ਹੈ ਉਹਨਾਂ ਦੀ ਪਤਾ ਨਹੀਂ ਤਿਆਰੀ ਹੁੰਦੀ ਹੈ ਕਿ ਨਹੀਂ ਉਹ ਸਾਥ ਹੀ ਛੱਡ ਦਿੰਦੇ ਆ ਵੀ ਅਸੀਂ ਨਹੀਂ ਪੇਪਰ ਦੇ ਸਕਦੇ ਹੁਣ ਮੁੱਖ ਕਾਰਨ ਇਹ ਹੈ ਮੇਰੇ ਵੀਰੋ ਜਿੱਥੇ ਜਾ ਕੇ ਬੱਚਾ ਪੀਪਰ ਦਿੰਦਾ ਹੈ ਤੇ ਉਸ ਨੂੰ ਸੋਚ ਇਹ ਹੁੰਦੀ ਹੈ ਵੀ ਮੈਂ 450 450 ਤੱਕ ਮੈਂ ਨੰਬਰ ਪ੍ਰਾਪਤ ਕਰ ਲਵਾਂਗਾ ਪਰ ਨਹੀਂ ਅੱਜ ਕੱਲ ਆਪਾਂ ਨੂੰ 600 ਨੰਬਰ ਚਾਹੀਦੇ ਆ 800 ਨੰਬਰ ਦੇ ਵਿੱਚੋਂ ਜੇਕਰ ਤੁਸੀਂ ਸਬ ਇੰਸਪੈਕਟਰ ਤੇ ਹੈੱਡ ਕਨਸਟੇਬਲ ਬੰਨਣਾ ਹੈ ਲਗਭਗ ਤੁਸੀਂ ਅੰਦਾਜ਼ਾ ਲਾ ਲਓ ਜਿਹੜੇ ਤੁਹਾਡੇ ਪਿਛਲੇ ਪੀਪਰ ਹੋਏ ਆ ਉਹਨਾਂ ਵਿੱਚ ਤੁਸੀਂ ਐਨਾਲਿਸਿਸ ਕਰੋ ਵੀ ਤੁਹਾਡਾ ਕਿਹੜਾ ਸੈਕਸ਼ਨ ਸੀਗਾ ਜਿੰਦੇ ਵਿੱਚ ਤੁਸੀਂ ਬਿਲਕੁਲ ਵੀ ਮਾਰਕਸ ਅਚੀਵ ਨਹੀਂ ਕਰ ਪਾਈ ਉਹ ਸੈਕਸ਼ਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ ਜਿਵੇਂ ਕਿ ਇੰਗਲਿਸ਼ ਜਾਂ ਪੰਜਾਬੀ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਨਿਊਜ਼ਪੇਪਰ ਨੂੰ ਫੋਲੋ ਕੀਤਾ ਜਾਵੇ ਤੇ ਵਿਆਕਰਨਾਂ ਪੜੀਆਂ ਜਾਣ ਇੰਗਲਿਸ਼ ਤੇ ਪੰਜਾਬੀ ਦੀਆਂ ਮੈਥ ਪਿੱਛੇ ਤੁਹਾਨੂੰ ਫਾਰਮੂਲੇ ਲਰਨ ਕਰਨੇ ਪੈਣਗੇ ਤੇ ਬੇਸਿਕ ਮੈਥ ਸਿੱਖੋ ਟੇਬਲਸ ਵਗੈਰਾ ਤੁਹਾਡੇ ਦਿਮਾਗ ਦੇ ਵਿੱਚ ਚੱਲਦੇ ਰਹਿਣ ਕਿਉਂਕਿ ਉਹ ਜ਼ਰੂਰੀ ਚਾਹੀਦੇ ਨੇ ਠੀਕ ਹੈ ਜੀ ਟਾਈਮ ਬਹੁਤ ਕੱਟ ਹੁੰਦਾ ਬਾਕੀ ਜਿਹੜਾ ਰਹਿ ਗਿਆ ਜੀਕੇ ਕਰੰਟ ਅਫੇਅਰਸ ਜੇ ਅਗਰ ਤੁਸੀਂ ਨਿਊਜ਼ਪੇਪਰ ਪੜ੍ਹੋਗੇ ਨਾਲੇ ਤਾਂ ਪੰਜਾਬੀ ਇੰਗਲਿਸ਼ ਆਊਗੀ ਨਾਲੇ ਤੁਹਾਨੂੰ ਕਰੰਟ ਇਵੈਂਟਸ ਬਾਰੇ ਪਤਾ ਲੱਗੂਗਾ ਤੇ ਤੁਹਾਡਾ ਉਹ ਵੀ ਪੇਪਰ ਉੱਥੋਂ ਹੀ ਨਿਕਲ ਜਾਵੇ रहेਗੀ ਇਹ ਤੁਸੀਂ YouTube ਦੇ ਮਦਦ ਦੇ ਨਾਲ ਤੁਸੀਂ ਵੀ ਕਲੀਅਰ ਕਰ ਸਕਦੇ ਹੋ ਵੀ ਕੀ ਕੁਝ ਹੈਗਾ ਆਪਣੀਆਂ ਮਤਲਬ ਕਨਸਟੀਟਿਊਸ਼ਨ ਕੀ ਹੈ ਤੇ ਬਾਕੀ ਤੁਸੀਂ ਇੱਕ ਬੁੱਕ ਆndi ਹੈ ਐਮ ਲక్ష్ਮੀਕਾਂਤ ਜਿਹੜੀ ਕਿ ਮੈਂ ਤੁਹਾਨੂੰ ਅੱਗੇ ਨਵੀਂ ਵੀਡੀਓਜ਼ ਦੇ ਵਿੱਚ ਬੁੱਕਸ ਵੀ ਦੱਸਾਂਗਾ ਤੁਹਾਨੂੰ ਸਾਰੀਆਂ ਬੁੱਕਸ ਵੀ ਦੱਸਾਂਗਾ ਜੇ ਅਗਰ ਤੁਸੀਂ ਘਰ ਬੈਠ ਕੇ ਤਿਆਰੀ ਕਰਨੀ ਹੈ ਵੈਸੇ ਤੁਸੀਂ ਇੰਸਟੀਟਿਊਸ਼ਨਸ ਨੂੰ ਅਗਰ ਜੁਆਇਨ ਕਰ ਲਵੋ ਹੁਣ ਤੋਂ ਤਾਂ ਤੁਹਾਡੀ ਆਉਣ ਵਾਲੀਆਂ ਭਰਤੀਆਂ ਤੁਹਾਡੀ ਨਿਕਲ ਜਾਣਗੀਆਂ ਬੇਫਿਕਰ ਹੋ ਕੇ ਸੋ ਮੈਂ ਵੀਡੀਓ ਦੇ ਜ਼ਰੀਏ ਤੁਹਾਨੂੰ ਇਹੀ ਦੱਸਣਾ ਚਾਹੁੰਦਾ ਸੀ ਕਿ ਡਟ ਕੇ ਮੁਕਾਬਲਾ ਕਰੋ ਆਪਣੀ ਮੁਸ਼ਕਿਲਸ ਦਾ ਸੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ